ਲੋਕਾਂ ਨੇ ਜਸ਼ਨ ਮਨਾ ਕੇ ਕੀਤੀ ਨਵੇਂ ਸਾਲ ਦੀ ਸ਼ੁਰੂਆਤ। ਪੂਰੀ ਦੁਨੀਆ ਭਰ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਜਸ਼ਨ ਨਾਲ ਕੀਤੀ ਗਈ ਤੇ ਇਸ ਨੂੰ ਲੈ ਕੇ ਲੁਧਿਆਣਾ ਵਾਸੀ ਵੀ ਪਿੱਛੇ ਨਹੀਂ ਰਹੇ। ਪੂਰੀ ਰਾਤ ਲੁਧਿਆਣਾ ਜਸ਼ਨਾਂ ਵਿੱਚ ਡੁੱਬਿਆ ਰਿਹਾ। ਸ਼ਹਿਰ ਦੇ ਵੱਡੇ ਵੱਡੇ ਹੋਟਲਾਂ ਤੇ ਕਲੱਬਾਂ ਵਿੱਚ ਰੌਣਕ ਦੇਖਣ ਯੋਗ ਸੀ। ਕਿਤੇ ਗਾਇਕ ਆਪਣੀ ਪੇਸ਼ਕਾਰੀ ਦੇ ਰਹੇ ਸਨ ਤੇ ਕਿਤੇ ਬੈਂਡ ਬਾਜੇ ਤੇ ਡੀਜੇ ਪਾਰਟੀਆਂ ਚੱਲ ਰਹੀਆਂ ਸਨ ਤੇ ਨੌਜਵਾਨ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਸਨ। ਉਧਰ ਹੁੱਲੜਬਾਜ਼ੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਲੁਧਿਆਣਾ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਰਹੀ। ਇਸ ਮੌਕੇ ਸ਼ਹਿਰ ਵਾਸੀਆਂ ਨੇ ਸਾਰਿਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ। ਲੁਧਿਆਣਾ ਤੋਂ ਅਜੀਤ ਵੈਬ ਟੀਵੀ ਲਈ ਰੂਪੇਸ਼ ਕੁਮਾਰ ਦੀ ਰਿਪੋਰਟ। ਇਹ ਜਿਹੜਾ ਅਸੀਂ ਲੈ ਕੇ ਆਏ ਹਾਂ, ਅਸੀਂ ਇੱਕ ਤਾਂ ਇਹ ਕਾਲਜ ਸਟੂਡੈਂਟਸ ਲਈ ਕੌਫੀ ਕੈਬ ਲੈ ਕੇ ਆਏ ਹਾਂ। ਪਿਕਨਿਕ ਸਕੇਅਰ ਨਾਮ ਦਾ ਸਾਡਾ ਪ੍ਰੋਜੈਕਟ ਹੈ। ਇਹ ਕਾਲਜ ਸਟੂਡੈਂਟਸ ਨੂੰ ਵੀ ਦੇਖਿਆ ਗਿਆ, ਛੋਟੇ ਬੱਚਿਆਂ ਨੂੰ ਦੇਖਦੇ ਹੋਏ ਅਸੀਂ ਗੇਮਿੰਗ ਜ਼ੋਨ ਵੀ ਲੈ ਕੇ ਆਏ ਹਾਂ ਅਤੇ ਨੀਚੇ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਦੇਖਦੇ ਹੋਏ ਇੱਕ ਫੂਡ ਕੋਰਟ ਵੀ ਲੈ ਕੇ ਆਏ ਹਾਂ। ਫੂਡ ਕੋਰਟ ਦੇ ਵਿੱਚ ਸਾਡੇ ਕੋਲ 7 ਤਰ੍ਹਾਂ ਦੇ ਕੁਜ਼ੀਨ ਨੇ, ਜਿਹਦੇ 'ਚ ਇੱਕ ਏਸ਼ੀਅਨ ਵੀ ਨੇ ਅਤੇ ਸਾਊਥ ਇੰਡੀਅਨ ਵੀ ਨੇ, ਕਬਾਬ ਹਾਊਸ ਵੀ ਹੈ। ਅਤੇ ਲੋਕ ਕਿਸ ਤਰ੍ਹਾਂ ਇੰਜੋਏ ਕਰ ਰਹੇ ਜੀ ਨਵੇਂ ਸਾਲ ਨੂੰ? 2018 ਨੂੰ ਅਲਵਿਦਾ ਕਹਿ ਰਹੇ ਨੇ ਅਤੇ 2019 ਦਾ ਸਵਾਗਤ ਕਰ ਰਹੇ ਨੇ। ਸਾਡੇ ਸਾਹਮਣੇ ਹੀ ਹੈ ਸਰ, ਦੇਖੋ ਬਹੁਤ ਵਧੀਆ ਇੰਜੋਏ ਕਰ ਰਹੇ ਨੇ, ਇੱਥੇ ਆ ਕੇ ਆਪਣਾ ਪਰਿਵਾਰਕ ਮਨੋਰੰਜਨ ਮਾਣ ਰਹੇ ਨੇ, ਆਪਣੇ ਆਪ ਨੂੰ ਬਹੁਤ ਵਧੀਆ ਮਹਿਸੂਸ ਕਰ ਰਹੇ ਨੇ, ਕੰਫਰਟੇਬਲ ਮਹਿਸੂਸ ਕਰ ਰਹੇ ਨੇ। ਬੱਚੋਂ ਨੇ ਤਾਂ ਜ਼ਿਆਦਾ ਕਰ ਰਹੇ ਹੈ ਔਰ ਬਸ ਇੰਜੋਏ ਕਰ ਰਹੇ ਹੈ। ਹੈਪੀ ਨਿਊ ਈਅਰ ਟੂ ਐਵਰੀਵਨ।